ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਮਿੱਤਰੋ ਫਿਰ ਬਲੌਗ ਲੈ ਕੇ ਆ ਗਿਆ ਤੁਹਾਡੇ ਲਈ। ਅਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਾਂ ਕਰਤੀ ਆ, ਅਤੇ ਰਾਤੀ ਤੁਹਾਨੂੰ ਪਤਾ ਰਾਤ ਵਾਲੇ ਬਲੌਗ 'ਚ ਆਪਣਾ ਹੋ ਗਿਆ ਸੀ ਥੋੜ੍ਹਾ ਜਿਹਾ ਨੁਕਸਾਨ, ਅਤੇ ਅੱਜ ਵਾਲਾ ਬਲੌਗ ਆਪਣਾ ਹੋ ਗਿਆ ਲੇਟ। ਇਸ ਮੈਡਮ ਨੂੰ ਤਾਂ ਕੋਈ ਫਿਕਰ ਨਹੀਂ, ਅਤੇ ਮੇਰਾ ਆਈਫੋਨ ਦਾ ਡਾਕਟਰ ਹੋ ਗਿਆ ਜੀ ਥੋੜ੍ਹਾ ਜਿਹਾ ਖਰਾਬ, ਇਹਨੇ ਡੇਕਤਾ ਸੀ ਮੈਡਮ ਨੇ ਥੱਲੇ ਸੁੱਟ ਗਿਆ ਮੇਰਾ, ਤਾਂ ਤੂੰ ਹੀ ਸੁੱਟਿਆ, ਇਹਨੇ ਥੱਲੇ ਸੁੱਟ ਕੇ ਕਰਤਾ ਨੁਕਸਾਨ, ਅਤੇ ਉਹ ਰਾਤੀ ਹੋ ਗਿਆ ਬੰਦ। ਅਤੇ ਮੇਰਾ ਨਾ ਤਾਂ ਬਲੌਗ ਸੇਵ ਹੋਇਆ, ਨਾ ਮੈਂ ਐਡਿਟ ਕੀਤਾ ਕੋਈ, ਹੁਣ ਹੋ ਗਿਆ ਬੰਦ। ਅਤੇ ਰਾਤ ਦੁਕਾਨਾਂ ਵੀ ਸਾਰੀਆਂ ਮਾਰਕੀਟ ਹੋ ਗਈ ਬੰਦ, ਅਤੇ ਰਾਤ ਮੈਂ ਕਿਤੇ ਜਾ ਵੀ ਨਹੀਂ ਸਕਦਾ, ਅਤੇ ਮੈਂ ਸਵੇਰੇ ਉੱਠਿਆ, ਅਤੇ ਅੱਜ ਹੈਗਾ ਵੀ ਸੰਡੇ, ਅਤੇ ਦੁਕਾਨਾਂ ਫਿਰ ਸੱਤਿਆਨਾਸ਼, ਦੁਕਾਨਾਂ ਫਿਰ ਬੰਦ। ਮੈਂ ਅੱਡੇ 'ਤੇ ਗਿਆ, ਗਿਆ ਤਾਂ ਦੁਕਾਨਾਂ ਬੰਦ, ਮੈਂ ਤਾਂ ਰੀਤ ਗਿਆ ਸੀ ਅੱਡੇ 'ਤੇ ਇਹਦੀ ਦਵਾਈ ਲਿਆਉਣੀ, ਚਲੋ ਮੈਡੀਕਲ ਤਾਂ ਖੁੱਲ੍ਹਾ, ਦਵਾਈ ਆ ਗਈ, ਅੱਡੇ 'ਤੇ ਗਏ ਦੁਕਾਨਾਂ ਬੰਦ। ਫਿਰ ਮੈਂ ਸੋਚਿਆ ਕੀ ਕੀਤਾ ਜਾਵੇ, ਫਿਰ ਮੈਂ ਜੂਸ ਵਾਲੀ ਰੇਹੜੀ ਮਿਲ ਗਈ, ਫਿਰ ਅਸੀਂ ਜੂਸ ਜਾਸ ਪੀਣ ਲੱਗ ਪਏ। ਫਿਰ ਅੱਧਾ ਘੰਟਾ ਵੇਟ ਕੀਤੀ ਉੱਥੇ ਬੈਠ ਕੇ, ਜੂਸ ਜਾਸ ਪੀਣ ਦਿਆ ਪਾਉਂਦੇ ਆ ਭਾਈ ਨਾਲ ਗੱਲਾਂ ਗੁੱਲਾਂ ਕਰਦੇ ਹਾਂ। ਉਹਨਾਂ 'ਚ ਮੈਨੂੰ ਇੱਕ ਗਰੀਬ ਆਇਆ, ਦੁਕਾਨ ਜੀ ਖੋਲ੍ਹੀ, ਉਹ ਮੈਂ ਬਾਪ ਸ਼ੁਕਰ। ਫਿਰ ਉਹ ਤੋਂ ਲਿਆ ਡਾਕਟਰ, 1800 ਦਾ ਆਇਆ ਡਾਕਟਰ, ਉਹ ਵੀ ਓਰੀਜਨਲ, ਡੁਪਲੀਕੇਟ 800 ਰੁਪਏ ਦਾ ਦਿੰਦਾ ਹੈ, ਮੈਂ ਚੱਲ ਓਰੀਜਨਲ ਲੈ ਲਈਏ। 1800 ਦਾ ਕਰਾਇਆ ਨੁਕਸਾਨ ਕੁੜੀ ਨੇ, ਅਤੇ 1800 ਦਾ ਲਿਆਂਦਾ ਡਾਕਟਰ। ਉਹ ਸਵੇਰੇ ਆਏ ਅਤੇ ਹਾਲੇ ਤੱਕ ਸੁੱਤੀ ਪਈ, ਦੇਖ ਲਓ ਦਵਾਈ ਲਿਆਂਦੀ ਠੀਕ ਨਹੀਂ। ਅਤੇ ਲਓ ਮਿੱਤਰੋ ਬਲੌਗ ਦੇ ਨਾਲ ਜੜੇ ਰਹੋ, ਅਤੇ ਅੱਜ ਆਪਾਂ ਹੈਗੇ ਵਿਹਲੇ, ਅੱਜ ਖੇਡਾਂਗੇ ਥੋੜ੍ਹੀਆਂ ਜਿਹੀਆਂ ਗੇਮਾਂ, ਅਤੇ ਅੱਜ ਰੀਤ ਦੇ ਬਹੁਤ ਪੈਣੀਆਂ ਮੈਨੂੰ ਪਤਾ ਗੇਮਾਂ 'ਚ। ਜੁੜੇ ਰਿਹੋ ਬਲੌਗ ਦੇ ਨਾਲ, ਤਾਂ ਘੈਂਟ ਬਲੌਗ ਹੋਣ ਵਾਲਾ ਜਿਹੜਾ ਆਪਣਾ, ਅਤੇ ਬਾਕੀ ਕਮੈਂਟ ਕਮੁੰਟ ਕਰਕੇ ਦੱਸ ਦਿਆ ਕਰੋ ਬਲੌਗ ਕਿਵੇਂ ਦਾ ਲੱਗਦਾ। ਅਤੇ ਖਾ ਲੈਣੀ ਆ ਮੇਰੇ ਤੋਂ, ਲਓ ਮਿੱਤਰੋ ਬਲੌਗ ਦੇ ਨਾਲ। ਓ ਚੱਲ ਯਾਰ, ਲੈ 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 ਮੁੱਛਾਂ ਨੂੰ ਨਾ ਤਲਾਇਆ ਕਰ। ਹੈਲੋ ਗਾਇਸ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਸਾਰੇ ਆਈ ਕੈਟ ਹੋ। ਉਹ ਤਾਂ ਕੈਟ ਹੀ ਆ, ਤੂੰ ਹੀ ਸੁੱਤੀ ਰਹਿਣੀ ਸਾਰੀ ਤੇਰੀ। ਮੌਸਮ ਨਾ ਠੰਡਾ ਹੋ, ਠੰਡਾ ਬਾਰਿਸ਼ ਦਾ, ਉਹ ਤੁਸੀਂ ਦੇਖ ਸਕਦੇ ਜੀ ਬਾਹਰ ਬੱਦਲ ਵਗੈਰਾ ਹੋਇਆ, ਧੁੱਪ ਤਾਂ ਮੁਸ਼ਕਲ ਹੀ ਲੱਗੀ ਮੈਨੂੰ, ਬੱਦਲ ਵਗੈਰਾ ਹੋਇਆ, ਹਵਾ ਵੀ ਮੱਠੀ ਮੱਠੀ ਚੱਲ ਰਹੀ ਆ, ਪਰ ਆਪ ਨਹੀਂ ਠੀਕ ਹੈ, ਅੱਜ ਉੱਠਣ ਨੂੰ ਜੀ ਨਹੀਂ ਕਰਦਾ, ਮੈਂ ਠੀਕ ਨਹੀਂ ਹੈਗੀ, ਅਤੇ ਵਿਹਲੇ ਰਹਿਣਾ ਬਹੁਤ ਔਖਾ ਲੱਗਦਾ ਮੈਨੂੰ ਵੀ, ਅਤੇ ਮੈਂ ਅੱਜ ਆਪਣਾ ਕੁਝ ਕੰਮ ਕਰ ਲੱਗਾ ਵਾਂ ਸਟਾਰਟ, ਪਰ ਕਿਹੜਾ ਕੰਮ ਕਰਨਾ ਸਟਾਰਟ ਤੁਹਾਨੂੰ ਦਿਖਾਉਂਦਾ ਵਾਂ, ਕੀ ਵੇ ਨਹੀਂ ਮੇਰਾ ਲੋਕਾ ਔਖਾ ਜਿਹਾ। ਕੂਲੀ ਮਾਰ ਦੋ, ਲਓ ਮਿੱਤਰੋ ਬਲੌਗ ਦੇ ਨਾਲ ਜੁੜੇ ਰਹੋ। ਹਾਂ, ਕਿ ਹੋਰ ਨਾ ਦੇਖੇਗੀ ਤਾਂ ਗੋਲੀ ਮੰਗ ਲਵਾਂ। ਨਹੀਂ, ਤੈਨੂੰ ਹੋਰ ਕੋਈ ਕੰਮ ਨਹੀਂ ਹੁੰਦਾ? ਸ਼ੋਪਿੰਗ ਸ਼ੋਪਿੰਗ ਸ਼ੋਪਿੰਗ, ਅੱਜ ਦੇਖੋ ਕਿੱਥੇ ਗਿਆ, ਜੋ ਮੀਸ਼ੋ ਖੋਲ ਲੈਂਦੀ ਆ ਬਸ ਸ਼ੋਪਿੰਗ ਸ਼ੋਪਿੰਗ ਸ਼ੋਪਿੰਗ। ਦਿਖਾਈ ਆ ਦੇਖ ਲਓ ਵੀ, ਮੇਕਅਪ ਦਾ ਸਮਾਨ ਕੱਢ ਲੈਂਦੀ ਆ, ਪਹਿਲਾਂ ਕੁਝ ਹੋਰ ਨਿਕਲ ਗਿਆ। ਲਓ ਮਿੱਤਰੋ ਬਲੌਗ ਦੇ ਨਾਲ ਜੁੜੇ ਰਹੋ, ਬਾਕੀ ਦੇਖਦੇ ਕੀ ਐਟਮਾਂ ਲਾਉਂਦੇ ਅੱਜ, ਲੈ ਲਿਆ ਧੀਰੀਓ ਤੈਨੂੰ ਮਿੱਤਰੋ ਬਲੌਗ ਦੇ ਨਾਲ ਜੁੜੇ ਰਹੋ। ਇਹ ਤਾਂ ਇੱਦਾਂ ਹੀ ਕਰਦੀ ਪਈ ਭਾਈ, ਕਹਿੰਦੇ ਕਿਆ ਹੋਣੇ ਵਾਲਾ ਏ, ਕਹਿੰਦੇ ਮਕਈ ਹੈ, ਮਕਈ ਹੋ ਚੁੱਕੇ, ਮੂੰਹ ਕਿਉਂ ਵੱਡਿਆ। ਲਓ ਮਿੱਤਰੋ, ਦੁਪਹਿਰ ਲੱਗੀ ਦੁਪਹਿਰ, ਅਤੇ ਆਪਾਂ ਆਪਣੇ ਚੱਲੇ ਹਾਂ ਚਾਚੀ ਵੱਲ, ਇੱਧਰ ਆਪਣੀ ਗੱਡੀ ਇੱਧਰ ਲਾਈ ਛਾਵੇ ਆਪਾਂ ਰਾਣੀ, ਅਤੇ ਇੱਧਰ ਕੁੜੀ ਲੱਗੀ ਹੋਈ ਹੈ ਸਮੋਸੇ ਤੱਕ ਦੇਣ, ਸਮੋਸੇ ਚੇਂਜ ਆ, ਚੱਕੋ ਵੀ ਇਹ ਆਪਾਂ ਖਾਵਾਂਗੇ, ਆਹ ਥੋੜ੍ਹਾ ਟੇਬਲ ਆਪਣਾ ਟੁੱਟਾ ਕੋਈ ਨਹੀਂ, ਇੱਥੇ ਕੋਲੀ ਰੱਖ ਦਿੰਦੇ ਆਪਾਂ, ਨਾ ਪੁੱਤ ਨਾ, ਹੁਣ ਮੈਂ ਸਮੋਸਾ ਤਾਂ ਤੈਨੂੰ ਦੇ ਨਹੀਂ ਸਕਦਾ, ਹੈ ਮੇਰੀ ਬੁਗੜੀ, ਨਾ ਨਾ ਸੰਦੀਪ, ਮੰਮੀ ਇਹ ਸੰਦੀਪ, ਅਮੀ ਇਹ ਭੈਣ ਸੰਦੀਪ, ਫੋਟੋ ਫੜ ਲਿਆ ਮੈਂ, ਲੋ ਵੀ ਨਾਲ ਰਸਗੁੱਲਾ, ਵਾਹ ਵਾਹ, ਕਹਿੰਦੇ ਇਹ ਗੁਆਂਢੀਆਂ ਘਰੇ ਪ੍ਰਾਹੁਣੇ ਆਏ ਸੀ, ਆ ਮੈਡਮ ਨੇ ਬਰਫੀ ਚੱਕ ਲਈ, ਵੇਲਾ ਮੰਮੀ ਬਰਫੀ ਖਾ ਸਕਦੀ ਹਾਂ, ਹੁਣ ਨਹੀਂ ਕੁਛ ਖਾਣਾ ਮੈਂ, ਉਧਰ ਸਮੋਸੇ ਪਲੇਟ ਆਈ ਨਾ ਇੱਕ। ਲਓ ਮਿੱਤਰੋ,
ਕਹਿੰਦੇ ਸਾਰਾ ਕੰਮ ਕੈਂਸਲ ਕਰਕੇ ਤੇ ਕੁੜੀ ਕਹਿੰਦੀ ਮੈਂ ਖਾਣਾ ਪਾਲਕ ਪਨੀਰ ਤੇ ਲੈ ਮੈਂ ਹੁਣ ਮੇਰੀ ਇਹਨੇ ਡਿਊਟੀ ਲਾਤੀ ਕਹਿੰਦੀ ਪਾਲਕ ਪਨੀਰ ਲੈ ਕੇ ਆ ਤੇ ਮੈਂ ਹੁਣ ਚੱਲਿਆ ਪਾਲਕ ਲੈਣ ਤੇ ਪਨੀਰ ਲੈਣ ਮੈਂ ਚੱਲਿਆ ਅੱਡੇ ਤੇ ਪਾਲਕ ਪਨੀਰ ਲੈਣ ਤੂੰ ਮੇਰੇ ਅੰਦਰ ਮਿਕਸੀ ਮੁਕਸੀ ਤਿਆਰ ਕਰ ਹਰੀਆਂ ਮਿਰਚਾਂ ਵੀ ਲੈ ਆਊਂਗਾ ਜੇ ਹੋਈਆਂ ਤੇ ਚੱਲ ਕੀ ਲਿਆਉਣਾ ਇਹ ਦੱਸ ਜਲਦੀ ਗ੍ਰੀਨ ਮਿਰਚ ਹਾਂ ਤੇ ਪਾਲਕ ਪਨੀਰ ਬਸ ਪਾਲਕ ਤੇ ਪਨੀਰ ਤੇ ਉਹ ਧਨੀਆ ਧਨੀਆ ਲਓ ਮਿੱਤਰੋ ਅੱਜ ਘਰੇ ਬਣਾ ਕੇ ਦਿਖਾਵਾਂਗੇ ਤੁਹਾਨੂੰ ਪਾਲਕ ਪਨੀਰ ਤੇ ਮੈਂ ਅੱਜ ਆਹ ਸ਼ਰਟ ਇਸ ਕਰਕੇ ਪਾ ਲਈ ਆ ਕਿਉਂਕਿ ਗਰਮੀ ਧੁੱਪ ਬੜੀ ਆ ਮੈਂ ਪੂਰੀਆਂ ਬਾਹਾਂ ਦੀ ਸ਼ਰਟ ਪਾ ਲਈ ਇਹਦੇ ਨਾਲ ਪਰਨਾ ਮੂੰਹ ਤੇ ਬੰਨਣ ਲੱਗਾ ਕਹਿੰਦੀ ਮੁੰਡਾ ਕਾਲਾ ਹੋ ਗਿਆ ਫਿਰ ਕਿੱਥੇ ਜਾਊਗਾ ਸੋਹਣਾ ਤਾਂ ਮੈਂ ਬਹੁਤ ਆ ਗਈ ਜਾਵਾਂ ਫਿਰ ਓਕੇ ਕੀ ਬਾਏ 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 ਚਲਦਾ ਉਹ ਮਿੱਤਰੋ ਮੈਂ ਚੱਲਿਆ ਹੁਣ ਲੈਣ ਅਤੇ ਮੈਂ ਮਾੜਾ ਜਿਹਾ ਆ ਗਿਆ ਗੱਡੀ 'ਤੇ ਜਾਣਾ ਜੀ ਮੈਂ ਮੋਟਰਸਾਈਕਲ ਚੱਲਿਆ ਓਕੇ ਮੈਂ ਚੱਲਿਆ ਹੁਣ ਮੂੰਹ ਮਾਂ ਬੰਨ ਲਿਆ ਵਾ ਓਕੇ ਮਿਲਦੇ ਹਾਂ ਤੁਹਾਨੂੰ ਹੁਣ ਸ਼ਾਇਦ ਦੋ ਸਬਜ਼ੀ ਦਿਖਾ ਕੇ ਦੁਕਾਨ 'ਤੇ ਜਾ ਗਿਆ ਹੈ ਨਾ ਲਓ ਵੀ ਜੀ ਕਹਿੰਦੇ ਦੀਦੀ ਪਾਲਕ ਅਤੇ ਧਨੀਆ ਆਪਾਂ ਲੈਣ ਤਾ ਹੁਣ ਆਪਾਂ ਚੱਲੇ ਹਾਂ ਘਰ ਨੂੰ ਅਤੇ ਪਨੀਰ ਵੀ ਲੈ ਲਿਆ ਆਪਾਂ ਬਾਕੀ ਕਰਿਆਨੇ ਤੋਂ ਥੋੜ੍ਹਾ ਸਮਾਨ ਲੈਣ ਦੇ ਬਾਕੀ ਚੱਲਦੇ ਹਾਂ ਘਰੇ ਨੂੰ ਬਈ ਕਹਿੰਦੇ ਅੱਜ ਸਾਗ ਪਨੀਰ ਚੱਲੂਗਾ ਸਾਗ ਸਾਗ ਨਹੀਂ ਸੋਰੀ ਪਾਲਕ ਪਨੀਰ ਚੱਲੂਗਾ ਯਾ ਇਹ ਧਨੀਆ ਵਿੱਚ ਹੀ ਪਾ ਲਿਆ ਆ ਉਤਨੇ ਉਹਨੇ ਸਾਰਾ ਕੁਝ ਵਿੱਚ ਹੀ ਪਾਤਾ ਮਿਰਚਾਂ ਮੁਰਚਾਂ ਮੈਨੂੰ ਲੱਗਦਾ ਵਿੱਚ ਹੀ ਇਹ ਕੰਮ ਬੜਾ ਖਰਾਬ ਲੱਗਦਾ ਇਹਨੂੰ ਹੁਣ ਕੱਲਾ ਕੱਲਾ ਕਰਨਾ ਪੈਣਾ ਆ ਵਿਛਾਲਾ ਵਿਛਾਲੋ ਤੇ ਬਾਜੀ ਧੋਣੇ ਹੀ ਇਹਨੂੰ ਵਿਛਾਲਾ ਤੇ ਇਹਦੇ ਵਿੱਚ ਪਾ ਲਾ ਸਾਰਾ ਕੁਝ ਤੇ ਲਓ ਵੀ ਭਾਈ ਕਹਿੰਦੇ ਅੱਜ ਪਾਲਕ ਪਨੀਰ ਸਾਰਾ ਢੇਰੀ ਕਰ ਲੈ ਇਹਦੇ ਉੱਤੇ ਨਹੀਂ ਸਾਰਾ ਕੁਝ ਕਰ ਲੈਣਾ ਫਿਰ ਬਾਹਰ ਕਰ ਲਾਂਗੇ ਤੇ ਤੁਹਾਡੇ ਪਰਨੇ ਤੇ ਦਾਗ ਲੱਗ ਜਾਣੇ ਨਹੀਂ ਲੱਗਦੇ ਗਿੱਲਾ ਹੈ ਨਾ ਤਾਂ ਕਰਕੇ ਫਿਰ ਰਹਿਣ ਦੇ ਲਓ ਵੀ ਕੁੜੀ ਚੀਨ ਲੱਗੀ ਆ ਪਾਲਕ ਪਾਲਕ ਧੋਣੀ ਨਹੀਂ ਪਹਿਲਾਂ ਸੱਚ ਬਾਹਰ ਧੋ ਕੇ ਪਾਉਣੀ ਹੈ ਨਾ ਲਓ ਬਈ ਕਿੰਨੀ ਇੰਨੀਆਂ ਕੀ ਕਰਨੀ ਸੀ ਦੋ ਗੁੱਛੀਆਂ ਦੋ ਹੀ ਆ ਠੀਕ ਹੈ ਚਲੋ ਵੀ ਫੋਟੋ ਨਹੀਂ ਖਿੱਚਣ ਡਿਆ ਮੈਂ ਛੇਤੀ ਕਰ ਕੰਮ ਕਰ ਤੂੰ ਮੰਮੀ ਨੂੰ ਬੁਲਾ ਅੱਛਾ ਇੱਕ ਦਾ ਬਾਜ ਨਾ ਉਹ ਦੂਜੇ ਪਾਸੇ ਖੋਲੋ ਸੋਰੀ ਸੋਰੀ ਮਾਈ ਮਿਸਟੇਕ ਮਾਈ ਵਾਈਫ ਇਜ਼ ਕਿਊਟੀ 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 ਵਾਈਫ ਕਿਊਟੀ 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 ਕੁੱਤੀ ਨਹੀਂ ਓ ਸੋਰੀ ਕਿਊਟੀ ਕਿਊਟੀ ਕਿਊਟ ਕਿਊਟ ਗਰਲ ਕਿਊਟ ਗਰਲ ਚੱਲ ਇੰਨੀ ਇੰਨੀ ਇੰਗਲਿਸ਼ ਨਹੀਂ ਆਤੀ ਹੈ ਹਮਕੋ ਲਓ ਭਾਈ ਕਹਿੰਦੇ ਸਾਗ ਨਹੀਂ ਸੋਰੀ ਪਲਕ ਪਨੀਰ ਭਾਈ ਇਦਾਂ ਦਾ ਪੱਤੇ ਕੱਢਣੇ ਅਸੇ ਇਦਾਂ ਦਾ ਪੱਤੇ ਇਹਨੂੰ ਥੱਲੇ ਰੱਖ ਲੈਨੇ ਆ ਧੋਣੀ ਤਾਂ ਹੈਗੀ ਹੋਈ ਆ ਹਾਂ ਇਹਨਾਂ ਨਹੀਂ ਹੋਗਾ ਅਜੇ ਸੋਚੀ ਠੀਕ ਆ ਜੀ ਬਾਕੀ ਸਵੇਰ ਤੋਂ ਸ਼ਾਮਾ ਹੋ ਗਿਆ ਨਾ ਬਲੌਗ ਦਾ ਮੂਡ ਹੀ ਬਣਾਉਂਦਾ ਜੀ ਕੁਝ ਵੀ ਪਤਾ ਨਹੀਂ ਦਿਨ ਕਿੱਦਾਂ ਦੇ ਚੱਲਣ ਡੇ ਬਕਵਾਸ ਜੀ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਨਾ ਇੰਸਟਾ ਤੇ ਕੋਈ ਰੀਲ ਪਾਈ ਅੱਜ ਕੁਝ ਵੀ ਨਹੀਂ ਕੀਤਾ ਰੀਲ ਨੇ ਸੌਂ ਕੇ ਨੰਘਾਤੀ ਸਾਰੀ ਦਿਹਾੜੀ ਤੇ ਮੈਂ ਮੈਂ ਜਿਉਂ ਫਿਲਮ ਦੇਖਣ ਡਿਆ ਕੋਈ ਕੋਈ ਲਾ ਲਾਂ ਕਦੀ ਕੋਈ ਲਾ ਮੈਂ ਇਹਨੂੰ ਦਿਮਾਗ ਖਰਾਬ ਹੋ ਗਿਆ ਅੱਜ ਮੈਂ ਫਿਲਮ ਨਹੀਂ ਦੇਖੀ ਕੱਲ੍ਹ ਵੀ ਬੜਾ ਜ਼ੋਰ ਲਾਇਆ ਮੈਂ ਨਹੀਂ ਦੇਖਣੀ ਨਹੀਂ ਦੇਖ ਅੱਜ ਫਿਰ ਮੈਂ ਪਤਾ ਨਹੀਂ ਫੋਨ ਕਿੱਦਾਂ ਫੜ ਗਿਆ ਅੱਜ ਮੈਂ ਜੋ ਮਰਜ਼ੀ ਹੋ ਜਾਏ ਮੈਂ ਫੋਨ ਮੈਂ ਫਿਲਮ ਨਹੀਂ ਦੇਖਣੀ ਜ਼ਿਆਦਾ ਮੋਟੇ ਮੋਟੇ ਲੈ ਕੇ ਆਏ ਪੁੱਤੇ ਮੇਰੀ ਗੱਲ ਸੁਣਾ ਹਾਂ ਇਹਨੇ ਨੇ ਇੱਥੋਂ ਤੋੜ ਹਾਂ ਹਾਂਜੀ ਚੱਕੋ ਪਰੌਂਠਾ ਮੋਮ ਹੇ ਮੋਮ ਚੌਦਾਂ ਮਿੰਟ ਹੋ ਚੁੱਕੇ ਨੇ ਸ਼ਾਮ ਚੀਰੀ ਦਾ ਮੈਂ ਤੂੰ ਗੁੱਛੀ ਕਰਕੇ ਦੇ ਮੈਂ ਚੀਰ ਦਾ ਮਜ਼ਾ ਹੀ ਆਉਂਦਾ ਮੰਮੀ ਫਿਰ ਜਵਾਕ ਤੈਨੂੰ ਪਤਾ ਹੀ ਹੈ ਨਾ ਦਿੱਤੇ ਆ ਮੋਟੇ ਕਿਉਂ ਪਾਨੀ ਆ ਸਰ ਰਹਿਣ ਦੇ ਪਾਦੇ ਪਾਦੇ ਸੱਚ ਕੋਈ ਨਹੀਂ ਪਾਦੇ ਪਾਦੇ ਉਹ ਗਰੈਂਡਰ ਹੋਏ ਨਹੀਂ ਪਾਰਾ ਪਾਦੇ ਪਾਦੇ ਕੋਈ ਚੱਕਰ ਨਹੀਂ ਲੈ ਬਈ ਕੁੜੀ ਪਾਲਕ ਚੀਜ਼ ਦੀ ਥੱਕ ਗਈ ਮੈਨੂੰ ਲੱਗਦਾ ਚੀਰੀ ਗਈ
ਚਿਰੀ ਗਈ ਹਾਂਜੀ ਬਸ ਥੋੜੀ ਰਹਿ ਗਈ ਇੰਨੀ ਹੀ ਰਹਿ ਗਈ ਨਾ ਤੇ ਖਲਾਰਾ ਵੇ ਲੋ ਮੰਜੀ ਦੇ ਕਿਦਾਂ ਪਾਤਾ ਇਹਨੇ ਇਸ ਕੁੜੀ ਨੇ ਇੱਕ ਕੁੜੀ ਜੋ ਪਾਲਕ ਚੀਰਦੀ ਹੋਈ ਮੈਨੂੰ ਚੇਤੇ ਬਾਲੇ ਹੀ ਕਰਦੀ ਕਿਨੇ ਕਰੋ ਅੱਛਾ ਆਪਣਾ ਲੈ ਉਹਨੇ ਚੱਕ ਕੇ ਕਰ ਆਪ ਅਮਨ ਨੂੰ ਆ ਲੈਂ ਦੋ ਅੱਜ ਆ ਜਾਣਾ ਨਾ ਅਮਨ ਨੇ ਅੱਜ ਲਾਣਾ ਕੁੱਲ ਤਾਂ ਫਿਰ ਲੈ ਆਉਂਦੇ ਆ ਇਹ ਤਾਂ ਆਪਣੇ ਕੰਮ ਚ ਲਾ ਲਓ ਹਾਂ ਉੱਥੇ ਗਰਮੀ ਦੋ ਆ ਦੋ ਦੋ ਹਾਂ ਸੇਕਾ ਪੈਂਦਾ ਨਾ ਉਹ ਬਾਰੀ ਕਰਕੇ ਬਾਰੀ ਦਾ ਕਰਕੇ ਜੀ ਤਾਂ ਮੇਰਾ ਕਰਦਾ ਸੀਗਾ ਜੀ ਮੈਂ ਬਾਰੀ ਦਾ ਸ਼ੀਸ਼ਾ ਤੋੜਨਾ ਤੇ ਇੱਟਾਂ ਲਾਦਾ ਖੜੀਆਂ ਕਰਦਾ ਅੱਛਾ ਜੀ ਹੋਰ ਕੁਝ ਸੱਚੀ ਉਹਦੇ ਵੀ ਬੱਕਰੀ ਦਿੱਤੇ ਪੱਠੇ ਖਾਂਦੀ ਦੋ ਮੈਨੂੰ ਤੇਰੇ ਵਰਗੀ ਆ ਕੀ ਕਰਕੇ ਦਵਾਂ ਕੀ ਕਰਕੇ ਦਵਾਂ ਆ ਮੈਨੂੰ ਫੜਾ ਦੋ ਗੁੱਛੀ ਜੀ ਲਓ ਗੁੱਛੀਆਂ ਵੀ ਕਿੱਦਾਂ ਦੀਆਂ ਬਾ ਦੋ ਰਹਿ ਗਈਆਂ ਕੱਟ ਕੇ ਕਮਲ ਵੇਰ ਲੈ ਵੀ ਕੰਮ ਖਤਮ ਪਾਲਕ ਪਨੀਰ ਇਹ ਕਿੰਨੇ ਚਿਰ ਚ ਰੈਡੀ ਹੋ ਜੂਗਾ ਆਪਣਾ ਇਹਨੂੰ ਬਸ ਆਪਾਂ ਰਿਝਾਣਾ ਵਾ ਗਰਮ ਪਾਣੀ ਚ ਉਬਾਲ ਕੇ ਤੇ ਫਿਰ ਮਿਕਸਿੰਗ ਕਰ ਦੇ ਓਕੇ ਭਾਈ ਫਿਰ ਬਾਅਦ ਚ ਇਹਨੂੰ ਰਿਝਾਵਾਂਗੇ ਠੀਕ ਹੈ ਮੈਂ ਕਹਿੰਦਾ ਅੱਗ ਬਾਲੀ ਬੜਾ ਵਧੀਆ ਬਣਾ ਸੱਗ ਤੇ ਫਾਇਦਾ ਕੋਈ ਨਹੀਂ ਬਾਲਣਾ ਹੀ ਇਹਨੂੰ ਬਸ ਤੇ ਉਹ ਤਾਂ ਕਰਾਂਗੇ ਗਟਕਾ ਹੈ ਕੀ ਕਹਿੰਦੇ ਹੁੰਦੇ ਲਵਾ ਦਿੰਦੇ ਇੱਕ ਗਟਕਾ ਹੀ ਲਵਾਉਣਾ ਬਸ ਇਹਨੂੰ ਹੋਰ ਕੁਝ ਕਰਨਾ ਲੈ ਭਾਈ ਅੱਜ ਕਹਿੰਦੇ ਸਾਗ ਪਨੀਰ ਪਨੀਰ ਸਾਗ ਸਾਗ ਪਨੀਰ ਪਨੀਰ ਸਾਗ ਸੌਰੀ ਸਾਗ ਪਨੀਰ ਕਹੀ ਜਾਂਦੇ ਯਾਰ ਪਾਲਕ ਪਨੀਰ ਕਹਿਣਾ ਆਪਾਂ ਲੈ ਭਾਈ ਅੱਜ ਕਹਿੰਦੇ ਪਾਲਕ ਪਨੀਰ ਹੀ ਚੱਲੇਗਾ 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 ਤੇ ਨਾਲ ਫੁਲਕੇ ਫੁਲਕੇ ਪ੍ਰਸ਼ਾਦੇ ਪ੍ਰਸ਼ਾਦੇ ਤੇ ਮੈਂ ਥੋੜੀ ਗੱਡੀ ਲਿਆ ਕੇ ਇੱਧਰ ਲਾ ਦਾਂ ਲਾ ਦੋ ਹੁਣ ਕਿਹੜਾ ਧੁੱਪ ਹੀ ਕਹਿੰਦੇ ਬੱਕਰੀ ਪੱਠੇ ਖਾ ਰਹੀ ਹੈ ਖਲਾ ਖਲਾ ਲੱਤ ਟੁੱਟੀ ਆ ਰਹੀ ਹੈ ਤਾਂ ਦੋ ਕੇ ਇੱਧਰ ਬੰਨੇ ਕੱਟੇ ਬੱਚੇ ਅਤੇ ਆਪਾਂ ਥੋੜ੍ਹਾ ਜਿਹਾ ਇੱਧਰ ਕਰੀਏ ਗੱਡੀ ਅੰਦਰ ਗੱਡੀ ਅੰਦਰ ਲਾ ਦਈਏ ਫਿਰ ਦੇਖਦੇ ਹਾਂ ਕੀ ਕਰਨਾ ਅੰਡਰ ਸੋਰੀ ਅੰਦਰ ਕੀ ਲਾਉਣੀ ਆਪਾਂ ਉੱਥੇ ਬਾਹਰ ਹੀ ਲਾਉਣੀ ਉਹ ਵੀ ਮਿੱਤਰੋ ਗੱਡੀ ਤਾਂ ਆਪਾਂ ਲਾ ਤੀ ਇੱਥੇ ਥੋੜੀ ਜਿਹੀ ਵਾਸ਼ਿੰਗ ਹੋਈ ਹੈ ਵਾਸ਼ਿੰਗ ਵਾਸ਼ਿੰਗ ਕਿਹਦੀ ਗੱਡੀ ਦੀ ਨਹੀਂ ਸ਼ਿਕੂ ਨੂੰ ਧੋਣਾ ਪਹਿਲਾਂ ਨਾ ਇਹਦਾ ਮਤਲਬ ਉੱਥੇ ਲੈ ਜਾਣਾ ਉਹ ਵੀ ਮੈਂ ਇਹਨੂੰ ਧੋ ਕੇ ਲਿਆਉਣਾ ਦੋ ਮਿੰਟ 'ਚ ਧੋਣੀ ਆਪਾਂ ਪਹਿਲਾਂ ਹੀ ਪਰ ਥੋੜ੍ਹੀ ਜਿਹੀ ਗਲਤੀ ਹੋ ਗਈ ਮਿਸਟੇਕ ਤਾਂ ਆਪਾਂ ਚੀਰ ਕੇ ਧੋਣ ਲੱਗੇ ਹੁਣ ਚਲੋ ਕੋਈ ਨਹੀਂ ਧੋ ਲਈਏ ਫਿਰ ਦੱਸ ਦਿਓ ਲੈ ਭਾਈ ਕਹਿੰਦੇ ਹੁਣ ਪਊਗੀ ਆਪਣੀ ਪਾਲਕ ਪੈ ਗਈ ਕਹਿੰਦੀ ਸਾਰੀ ਪੈ ਨਹੀਂ ਥੋੜ੍ਹੀ ਆ ਨਾ ਥੋੜ੍ਹੀ ਚੀਜ਼ ਕਹਿੰਦੇ ਸਵਾਦ ਬਣਦੀ ਹੁੰਦੀ ਉਹ ਵੀ ਖਿਲਾਰਾ ਪਾਇਆ ਡੱਬੇ ਨੇ ਬੇਬੇ ਮੇਰੀ ਟੋਕਿਆ ਕਰੂਗੀ ਹੈਨਾ ਮੰਮੀ ਮੰਮੀ ਤਾਂ ਹੀ ਰਿਦਾ ਮੰਮੀ ਕਹਿੰਦੀ ਇਹ ਤੁਹਾਨੂੰ ਨਹੀਂ ਪਤਾ ਸੀਗਾ ਪਹਿਲਾਂ ਤਾਂ ਇਹਦੀ ਕਰ ਕੋਈ ਨਹੀਂ ਹੁੰਦਾ ਹੈ ਕਭੀ ਕਭੀ ਹੋ ਜਾਤਾ ਹੈ ਪਹਿਲੀ ਵਾਰ ਬੰਦੇ ਸੇ ਹੋ ਜਾ ਬੜੇ ਬੜੇ ਸ਼ਹਿਰੋਂ ਮੈਂ ਛੋਟੀ ਛੋਟੀ ਬਾਤਾਂ ਬਤੇ ਹੋਤੀ ਦੇਤੀ ਸੰਜੀ ਤਾਂ ਅੱਜ ਫਿਲਮ ਦੇਖਾਂਗੇ ਹਾਂ ਬੋਲੀ ਚੋਰੀਆਂ ਬੋਲੀ ਚੋਰੀਆਂ ਕਮਲੀ ਹੋਈ ਪਈ ਆਪਣੀ ਪਾਲਕ ਇੱਕ ਬਾਲਾ ਮਾੜਾ ਰੀਤੇ ਕਰਦੀ ਗ੍ਰੈਂਡਰ ਪਾਣੀ ਜ਼ਿਆਦਾ ਪਾ ਲਿਆ ਨਿਕਲਿਆ ਨਾ ਜਦੋਂ ਪਾਣੀ ਤੋਂ ਵਾਸ਼ ਕੀਤੀ ਇਹਨੂੰ ਆਪਾਂ ਇੰਨਾ ਛਾਂਗਣੀ ਨਾ ਇਸ ਕੇ ਸਾਥ ਐਸੇ ਕਰਕੇ ਛਾਂਗ ਕੇ ਡਾਲੇਂਗੇ ਉਸਮੇ ਬੋਇਲ ਵੀ ਨਿੱਤ ਬਈ ਮਾਰੋ ਜੀ ਬਈ ਮਾਰੋ ਜੀ ਲੋ ਖਾ ਲੋ ਕੀ ਵਿੱਚ ਰਹਿਣ ਦੇ ਵਿੱਚ ਹੀ ਲੋ ਵੀ
ਬਈ ਮਾਰੋ ਮੁੱਛ ਮਾਰੋ ਮੁੱਛ ਓਕੇ ਲੈ ਮਾਰ ਇੱਕ ਵਜੇ ਦੱਸ ਤੈਨੂੰ ਕੌਣ ਤੰਗ ਕਰਦਾ ਕੌਣ ਤੰਗ ਕਰਦਾ ਤੂੰ ਮੇਰੀ ਘਰ ਵਾਲੀ ਤੇਰੀ ਘਰ ਵਾਲੀ ਦੀ ਅਸੀਂ ਦੀ ਤਸੀਂ ਕੌਣ ਹੈ ਤੇਰੀ ਘਰ ਵਾਲੀ ਆਲੀ ਮੈਂ ਲੱਗੀ ਮੈਂ ਤੇ ਤੱਕ ਦੀ ਕੌਣ ਕਹਿੰਦਾ ਪੁੱਤ ਨੂੰ ਤੰਗ ਕਰਦੀ ਮੈਂ ਕਹਿੰਦਾ ਕਿਤੇ ਤੰਗ ਕਰਦੀ ਕਿਤੇ ਤੰਗ ਕਰਦੀ ਤਾਂ ਉਧਰ ਵੇ ਉਹ ਰੇਚੇ ਦਾ ਬੁੜਾ ਚੱਲ ਸੌਰੀ ਪਾਪਾ ਜੀ ਪਾਪਾ ਜੀ ਦੇਖ ਰਹੇ ਨੇ ਚੱਲ ਪਰ ਇਹ ਬਸ ਹੋ ਗਿਆ ਆ ਜਾ ਹੋ ਗਿਆ ਬਸ ਬਾਲਾ ਲੱਗ ਲੈਂਦੇ ਬਾਲਾ ਨਹੀਂ 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 ਇਹ ਫਿਰ ਬਾਅਦ ਚੋਂ ਦੀ ਰਿੱਜ ਨਹੀਂ ਨਾ ਹਲੇ ਜਦ ਮਿਕਸ ਚਲੋ ਬਈ ਹੁਣ ਕਰਾਂਗੇ ਮਿਕਸੀ ਇੱਕ ਉੱਪਰ ਪਹਿਲੇ ਪੁਣੇਗੇ ਪੁਣ ਪੁਣ ਕੇ ਫਿਰ ਹਮ ਕਰਾਂਗੇ ਮਿਕਸ ਇਸਕਾ ਥੋੜਾ ਸਾ ਪਾਣੀ ਹਮੇ ਰੱਖਣਾ ਹੈ ਜੋ ਮੇਰੇ ਜਹਨ ਹੈ ਉਸਮੇ ਡਾਲੇਂਗੇ ਆਪਾਂ ਪਹਿਲਾਂ ਪੁਣ ਲੱਗੇ ਇਹਨੂੰ ਤੇ ਪੁਣਾ ਮੈਨੂੰ ਲੱਗਦਾ ਪਹਿਲਾਂ ਮੈਂ ਚੱਕ ਕੇ ਇਦਾਂ ਕਰਦਾ ਇਹ ਪਾਣੀ ਨਿਕਲ ਜੂਗਾ ਸਾਰਾ ਇਹ ਸਾਡਾ ਤਰੀਕਾ ਵਾ ਵੀ ਬਣਾਉਣ ਦਾ ਕਈਆਂ ਦਾ ਅਲੱਗ ਤਰੀਕਾ ਹੁੰਦਾ ਪਰ ਸਾਡਾ ਇਹ ਤਰੀਕਾ ਵਾ ਅਸੀਂ ਥੋੜ੍ਹਾ ਅਲੱਗ ਹੀ ਸੋਚੀਦਾ ਲੋਕਾਂ ਨੇ ਚੰਗੀ ਤਰ੍ਹਾਂ ਲੱਗਾ ਨੀ ਸੀ ਆ ਗੜੀ ਨਾ ਗੱਲਬਾਤ ਪੂਰਾ ਐਨ ਮਹਿੰਦੀ ਵਰਗੀ ਕਰਤੀ ਆ ਦੇਖੋ ਮੜਾ ਗਾਇਸ ਚੈੱਕ ਕਰੋ ਚੈੱਕ ਕਰੋ ਚੈੱਕ ਕਰ ਲਓ ਤਾਂ ਸੜ ਜੀ ਸਬਜ਼ੀ ਲਓ ਮਿੱਤਰੋ ਐਨ ਬਣ ਗਿਆ ਐਨ ਮਹਿੰਦੀ ਵਰਗਾ ਗੱਲਬਾਤ ਘੈਂਟ ਆ ਨਾ ਉਹਨਾਂ ਦਾ ਇੱਕ ਗੇੜਾ ਵਰ ਦਬਾ ਲਈਏ ਇੱਥੇ ਪਾਣੀ ਦੀ ਲੋੜ ਨਹੀਂ ਹੈ ਨਾ ਨਹੀਂ ਪਾਣੀ ਆਪਾਂ ਬਾਅਦ ਪਾ ਲਾਂਗੇ ਇੱਕ ਇੱਕ ਗੇੜਾ ਦਬਾ ਲਾਂ ਥੋੜਾ ਪਾਣੀਆਂ ਤਾਂ ਪਾਦਾ ਚੰਗੀ ਤਰ੍ਹਾਂ ਟੱਕਣ ਲੱਗ ਮਿੱਤਰੋ ਇਹ ਤਾਂ ਆਪਣੀ ਰੈਡੀ ਹੋ ਚੁੱਕੀ ਆ ਪਹਿਲਾਂ ਹੀ ਕਹੀ ਜਾਂਦਾ ਕੜਾਹੀ ਰੱਖ ਲੈ ਤੜਕਾ ਮੈਂ ਹਲੇ ਪਿਆਜ਼ ਪਾ ਭੇਜ ਕੇ ਕੋੜੇ ਹੁੰਦੇ ਆ ਅੱਛਾ ਬਈ ਕਹਿੰਦੇ ਪਨੀਰ ਦੀ ਕਟਿੰਗ ਹੋਣ ਲੱਗੀ ਹੁਣ ਤੇ ਮੈਂ ਥੋੜ੍ਹਾ ਜਿਹਾ ਲਿਆਂਦਾ ਜ਼ਿਆਦਾ ਨਹੀਂ ਲਿਆਂਦਾ 50 ਕੁ ਦਾ ਮੈਂ ਪਹਿਲਾਂ ਬਣਾ ਕੇ ਦੇਖੀਏ ਜੇ ਚੰਗਾ ਨਾ ਬਣਿਆ ਤਾਂ ਫਿਰ ਜਿਵੇਂ ਗੱਲ ਸੱਚ ਦੱਸੀ ਇਹੀ ਜ਼ਿਆਦਾ ਅਸੀਂ ਖਾਧੀ ਨਹੀਂ ਕਦੀ ਇਹ ਚੀਜ਼ ਤੇ ਬਲਕਿ ਸਰੀਰ ਤੋਂ ਪਿਆ ਚੀਰ ਹੀ ਚੀਰ ਹੋਈ ਗਿਆ ਲੱਗਦਾ ਕਹਿਣਾ ਗੱਲ ਪਤਾ ਤੈਨੂੰ ਕਹਿਣ ਹੀ ਬਣਾਉਣੀ ਆਪਾਂ ਗੱਲ ਬਾਤ ਦੀ ਕਰਾਦਾ ਅੱਜ ਤੇ ਮੈਂ ਪਨੀਰ ਦੀ ਕਟਿੰਗ ਕਰਦਾ ਥੋੜੀ ਜੀ ਫਿਰ ਕਟਿੰਗ ਕਰਕੇ ਤੁਹਾਨੂੰ ਮਿਲਦੇ ਆ ਬਈ ਕਿਤੇ ਪੀਸ ਰੱਖਣੇ ਮੋਟੇ ਮੋਟੇ ਰੱਖਣੇ ਆਪਣੇ ਹਿਸਾਬ ਨਾਲ ਨਹੀਂ ਜਿੱਦਾਂ ਤੁਹਾਡਾ ਦਿਲ ਕਰਦਾ ਓਕੇ ਫਿਰ ਇਦਾਂ ਕਰਦਾ ਆਪਣੇ ਹਿਸਾਬ ਨਾਲ ਕਰਦਾ ਫਿਰ ਪਨੀਰ ਦੀ ਕਟਿੰਗ ਕਰਤੀ ਆਪਾਂ ਤੇ ਇਹਨੂੰ ਥੋੜਾ ਜਿਹਾ ਆਪਾਂ ਕਰਾਂਗੇ ਪਹਿਲਾਂ ਫਰਾਈ ਪਨੀਰ ਨੂੰ ਥੋੜਾ ਜਿਹਾ ਨਾ ਓਇਲ ਲਓ ਵੀ ਮਿੱਤਰ ਕਹਿੰਦੇ ਕੜਾਈ ਚੱਲ ਗਈ ਆ ਕਿੱਥੇ ਚੁੱਲ੍ਹੇ ਉੱਤੇ ਤੇ ਮੈਂ ਥੋੜ੍ਹਾ ਜਿਹਾ ਇੱਥੇ ਬਹਿ ਜਾਂਦਾ ਹੈ ਨਾ ਮੈਨੂੰ ਲੱਗਦਾ ਵੀ ਗਰਮੀ ਵਾਲਾ ਗਰਮੀ ਬਹੁਤ ਲੱਗਣਾ ਵੀ ਰਸੋਈ 'ਚ ਕੰਮ ਕਰਨਾ ਬੜਾ ਔਖਾ ਵੀ ਕੁੜੀਆਂ ਪਤਾ ਨਹੀਂ ਕਿੱਦਾਂ ਕਰਦੀਆਂ ਸੀ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਮੈਂ ਰਾਜ ਕਹੂੰਗਾ ਵੀ ਬੜਾ ਔਖਾ ਕੰਮ ਕਰਨਾ ਵੀ ਰਸੋਈ 'ਚ
ਰੋਟੀ ਨਹੀਂ ਬੰਦੀ ਹੁਣ ਮੇਰਾ 5 ਮਿੰਟ ਖੜਾ ਰਹੇ ਮੈਨੂੰ ਪਸੀਨੋ ਪਸੀਨੀ ਹੋ ਗਿਆ ਵੀ ਸਿੱਧੀ ਜੀ ਗੱਲ ਹਾਏ ਇਹਦੇ ਦਾ ਪਾ ਸਿੱਧੀ ਗੱਲ ਤੇ ਸਿੱਧੀ ਬਲੌਗ ਕਰਕੇ ਬੈਠੇ ਆ ਵੀ ਸੱਚ ਦੱਸਾਂ ਤਾਂ ਤੁਹਾਨੂੰ ਸਾਰੇ ਮੈਂ ਹੁਣ ਆਪਣੇ ਪਿਆਰੇ ਆਪਾਂ ਨੂੰ ਕਿਹੜੇ ਦੇਖਦੇ ਆ ਜਾਨ ਮੇਰੀਆਂ ਸੱਜੀਆਂ ਦੇਖਦੀਆਂ ਵਾ ਉਹਨਾਂ ਵੀ ਉਹਨਾਂ ਨੂੰ ਵੀ ਕੁਝ ਦਿਖਾਉਣਾ ਨਾ ਆਪਾਂ ਪਨੀਰ ਨੂੰ ਫਰਾਈ ਕਰਦੇ ਆ ਫਿਰ ਟੇਸਟ ਦਾ ਥੋੜਾ ਜਿਹਾ ਅਲੱਗ ਉਹ ਆ ਜਾਂਦਾ ਟਰਾਈ ਹੁਣ ਆਪਾਂ ਕਿਸੇ ਨੂੰ ਦੇਖ ਕੇ ਕਰਦੇ ਆ ਟਰਾਈ ਕੋਈ ਆਪਾਂ ਨੂੰ ਦੇਖ ਕੇ ਕਰੂਗਾ ਟਰਾਈ ਹੁਣ ਆਪਾਂ ਕਿਸੇ ਨੂੰ ਕਿੱਦਾਂ ਆਪਾਂ ਕਿਸੇ ਦੀ ਵੀਡੀਓ ਦੇਖੀ ਉਹਦੀ ਲਾਈਕ ਕੀਤੀ ਸਪੋਰਟ ਕੀਤਾ ਕੋਈ ਆਪਾਂ ਨੂੰ ਕਰੂ ਦੇਖਣ ਡਿਆ ਆਪਾਂ ਨੂੰ ਕਰੂਗਾ ਮਿੱਤਰੋ ਕਰਦੇ ਹੋ ਇੰਨੀ ਮਿਹਨਤ ਕਰਦੇ ਗਰਮੀ ਚ ਕਰੋਗੇ ਤੁਹਾਡਾ ਕਰਕੇ ਕਰਦੇ ਤੁਹਾਡਾ ਕਰਕੇ ਉਹਨੇ ਕਹਿਣਾ ਖਾਣਾ ਤੁਸੀਂ ਸਵਾਦ ਤੁਸੀਂ ਲਾਉਣੇ ਸਾਡਾ ਕਰਕੇ ਇੱਧਰ ਆਪਣੀ ਆ ਪਾਲਕ ਵੀ ਤਿਆਰ ਆ ਇਹ ਹਰਿਆ ਰੰਗ ਗ੍ਰੀਨ ਗ੍ਰੀਨ ਦਿੱਤੇ ਘੈਂਟ ਜਿਹਾ ਲੱਗਦਾ ਨਾ ਮੈਂ ਉਹਦਾ ਮਹਿੰਦੀ ਹੀ ਨਹੀਂ ਗਿਆ ਰੰਗ ਉੱਦਾਂ ਲੱਗਦਾ ਸਾਨੂੰ ਗਾਈ ਇੱਕ ਚੀਜ਼ ਦਿਖਾਉਣਾ ਜੀ ਮੰਮੀ ਦੇਖ ਕੇ ਬਣਾਉਣਾ ਮੰਮੀ ਉਹਦਾ ਤੂੰ ਨਾਟਕਾਂ ਦੀ ਸ਼ੌਕੀਨ ਹੈ ਨਾ ਬਹੁਤ 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 ਤਾਂ ਮਿੱਤਰੋ ਹੁਣ ਕਰਾਂਗੇ ਪਿਆਜ਼ ਐਡ ਆਪਾਂ ਮੈਂ ਥੋੜ੍ਹਾ ਪਰੇ ਹੋ ਜਾਣਾ ਨਾ ਥੋੜੇ ਪਿਆਜ਼ ਕਰੋ ਰੈਡ ਕਲਰ ਹੋ ਗਿਆ ਤੇ ਫਿਰ ਆਪਾਂ ਪਾਵਾਂਗੇ ਮਸਾਲੇ ਤੇ ਆਪਣੇ ਗੁਆਂਢੀ ਆ ਗਈ ਪਾਲਕ ਐਡ ਦੇਖ ਲਓ ਠੀਕ ਹੈ ਸਾਗ ਵਾਂਗੂ ਮਤਲਬ ਕਿ ਕਿ ਸੇਮ ਸਾਗ ਵਰਗੀ ਚੀਜ਼ ਹੁੰਦੀ ਹੈ ਜ਼ਿਆਦਾ ਨਹੀਂ ਕੁਛ ਹੁੰਦਾ ਬਿਲਕੁਲ ਸਾਗ ਵਰਗਾ ਆਪਾਂ ਬਣਾਉਣਾ ਠੀਕ ਹੈ ਨਾ ਜ਼ਿਆਦਾ ਮਿਹਨਤ ਆ ਬਸ ਸੌਖੀ ਆ ਜਿੱਦਾਂ ਜਿੱਦਾਂ ਵੀ ਆਪਣੇ ਆਪਣੇ ਤਰੀਕੇ ਹੁੰਦੇ ਬਣਾਉਣ ਦੇ ਤੁਸੀਂ ਬਣਾ ਸਕਦੇ ਹੋ ਸਾਨੂੰ ਇਸ ਤਰੀਕੇ ਨਾਲ ਵਧੀਆ ਲੱਗਦੀ ਤਾਂ ਕਿ ਇਸ ਤਰੀਕੇ ਨਾਲ ਬਣਾਈ ਗਾਈਸ ਤੁਸੀਂ ਵੀ ਟਰਾਈ ਕਰੋ ਘਰੇ ਅਤੇ ਖਾਓ ਓਕੇ ਮਿਲਦੇ ਹਾਂ ਤੁਹਾਨੂੰ ਉਹ ਵੀ ਕਹਿੰਦੇ ਸਾਡੀ ਪਾਲਕ ਹੋ ਗਈ ਤਿਆਰ ਵਾਹਿਗੁਰੂ ਦੇਖ ਸਕਦੇ ਹੋ ਬਈ ਕਲਰ ਕਿੰਨਾ ਵਧੀਆ ਆਇਆ ਵਾ ਠੀਕ ਆ ਜੀ ਥੋੜ੍ਹੇ ਜਿਹੇ ਕੰਮ ਚੱਲ ਗਏ ਅਤੇ ਡਿਊਟੀ ਮੈਨੂੰ ਲਾ ਗਏ ਨੇ ਅਤੇ ਹੁਣ ਆਪਾਂ ਇਹ 'ਚ ਪਾਵਾਂਗੇ ਪਨੀਰ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਨਹੀਂ ਤਾਂ ਡੁਬਕੀ ਹੈ ਮਰੀ ਜਾਂਦਾ ਹਲੇ ਵੀ ਚੱਕ ਕਰੋ ਤੁਸੀਂ ਪਨੀਰ ਪਾਲਕ ਪਨੀਰ ਰੈਡੀ ਹੋ ਰਿਹਾ ਵਾ ਲਓ ਵੀ ਆਪਣਾ ਪਾਲਕ ਪਨੀਰ ਤਾਂ ਰੈਡੀ ਹੋ ਗਿਆ ਵਾ ਅਤੇ ਹੁਣ ਆਪਾਂ ਬਣਾਉਣੀ ਆ ਰੋਟੀ ਅਤੇ ਆਟਾ ਮੈਂ ਗੁੰਨ ਲਿਆ ਵਾ ਤੁਸੀਂ ਦੇਖ ਸਕਦੇ ਹੋ ਚਲੋ ਮਿਲਦੇ ਆ ਤੁਹਾਨੂੰ ਰੋਟੀ ਦੇ ਭਾਈ ਕਹਿੰਦੇ ਸਾਗ ਤਾਂ ਆਪਣਾ ਰੈਡੀ 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 ਹੋ ਗਿਆ ਰੈਡੀ ਆ ਹਾ 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 ਵੇ ਵੇ ਬੜਕਾ ਲਈ ਮਾਰ ਦੋ ਮੈਨੂੰ ਪਤਾ ਤਾਂ ਬਣ ਗਿਆ ਮੈਨੂੰ ਪਤਾ ਤਾਂ ਬਣ ਗਿਆ ਲਓ ਵੀ ਮਿੱਤਰੋ ਪਾਲਕ ਪਨੀਰ ਆਪਣਾ ਰੈਡੀ ਆ ਸ਼ਰੀਰ ਨੇ ਪਨੀਰ ਪਨੂਰ ਪਾ ਦਿੱਤਾ ਹੋਇਆ ਵਿੱਚ ਆਹ
ਕਿਆ ਬਾਤ ਹੈ ਸਿੱਟੇ ਬੜੇ ਮਾਰਦਾ ਰਿਤੇ ਦਾ ਚੱਲ ਕਿਹਨੇ ਕਿਹਾ ਘੱਟ ਕਰੋ ਕਦੀ ਵੀ ਇਦਾਂ ਨਾ ਚੱਕਿਓ ਪਤਾ ਕਿ ਨਾ ਮੈਂ ਤਾਂ ਉਦੋਂ ਦਾ ਇੱਕ ਵੀ ਕੀਤਾ ਪਾਇਆ ਮੈਂ ਪਨੀਰ ਜਿਹਾ ਦੇਖਣ ਡਿਆ ਯਾਰ ਪਰ ਇਹਨੇ ਮੇਰਾ ਹੀ ਪਨੀਰ ਬਣਾ ਦਿੱਤਾ ਬਸ ਲਾ ਲਓ ਇਹ ਪਤਲਾ ਜ਼ਿਆਦਾ ਨਹੀਂ 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 ਇੱਦਾਂ ਹੀ ਹੁੰਦਾ ਇਹ ਆਪਾਂ ਮਿਕਸ ਕੀਤਾ ਹੁੰਦਾ ਕਰਕੇ ਆ ਲਓ ਵੀ ਮਿੱਤਰੋ ਪਾਲਕ ਪਨੀਰ ਆਪਣਾ ਰੈਡੀ ਆ ਅਤੇ ਹੁਣ ਖਾਵਾਂਗੇ ਫਿਰ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਕਿਵੇਂ ਦਾ ਬਣਿਆ ਲੈ ਭਾਈ ਖੇਡ ਰਿਹਾ ਖੇਡ ਰਿਹਾ ਇਹ ਨਾਟਕ ਚੱਲ ਰਹੇ ਨਹੀਂ ਹਾਂ ਬਣ ਗਿਆ ਇਹ ਕਿੱਥੇ ਚੱਲਿਆ ਸਿੱਧਾ ਆ ਗਿਆ ਅੱਛਾ ਲੈ ਭਾਈ ਕਹਿੰਦੇ ਸਮੈਲ ਕਹਿੰਦੇ ਕੁੰਭ ਦੇ ਘਰ ਤੱਕ ਵੀ ਪਹੁੰਚ ਗਈ ਦੇਖ ਲਓ ਬਈ ਇੰਨਾ ਸਵਾਦ ਬਣਿਆ ਜੀ ਹੁਣ ਚੈੱਕ ਕਰਕੇ ਦੱਸੋ ਕਿਵੇਂ ਦਾ ਬਣਦਾ ਹਾਏ 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 ਬੜਾ ਖੱਟਾ ਹੁੰਦਾ ਰਿਤੇ ਰੋਟੀ ਮੈਂ ਬਣਾਣੀ ਬਸ ਰੋਟੀ ਰੈਡੀ ਕਰਦੇ ਤੇ ਮੈਂ ਆ ਗਿਆ ਮਾੜਾ ਜਿਹਾ ਕਹਿੰਦੇ ਕਿਆ ਉਹਨੇ ਯਾਰ ਸਾਗ ਓ ਸੋਰੀ ਪਾਲਕ ਪਨੀਰ ਕਿਆ ਬਾਤ ਹੈ ਹਾਂ ਵੀ ਕੈਂਟ ਬਣਿਆ ਵਾ ਮੰਮੀ ਕਿੱਦਾਂ ਦਾ ਬਣਿਆ ਤੂੰ ਵੀ ਦੱਸ ਕੈਂਟ ਹੈ ਗੱਲਬਾਤ ਲੈ ਬਈ ਕਹਿੰਦੇ ਇਹਦੇ ਗੱਲ ਫਿਰ ਪਾਲਕ ਪਨੀਰ ਹੀ ਹੋਈ ਪਈ ਆ ਮੈਨੂੰ ਦੇਖਣ 'ਚ ਬੜਾ ਸਵਾਦ ਲੱਗਣ ਡਿਆ ਅੱਜ ਮੈਂ ਕਿਹਾ ਚਲੋ ਸੱਚੀ ਸਵਾਦ ਬਣਿਆ ਬੜਾ ਘੈਂਟ ਮੈਂ ਗੱਲਬਾਤ ਓਕੇ ਇਹਦੇ ਆਪਣੇ ਰੂਪ ਜੀ ਛਾਲਾ ਮਾਰ ਰਹੇ ਨੇ ਹੈ ਲੱਤਾਂ ਦੇਖ ਹਾਂ ਹਾਂ ਮੇਰੀ ਬੁਗਲੀ ਕੀ ਕਰਦੀ ਸੀ ਲੱਤਾਂ ਮਾਰ ਲਿਆ ਸੀ ਮਾਲੋ ਚੰਗੀ ਤਰ੍ਹਾਂ ਮਾਲੋ ਲੋਤੀ ਖਾਣੀ ਆ ਪਰ ਤੈਨੂੰ ਖਵਾ ਨਹੀਂ ਸਕਦੇ ਪੁੱਤ ਹਾਂ ਤੂੰ ਦੁੱਧ ਹੀ ਪੀਨਾ ਚੱਲ ਮਾਰ ਲਓ ਲੱਤਾਂ ਮਾਰ ਲਓ ਮੇਰੇ ਮਾਰਨੀਆਂ ਖੇਡੋ ਚੱਲ ਖੇਡੋ ਲਓ ਵੀ ਉਹ ਤਾਂ ਖੇਡ ਰਹੇ ਹੀ ਤਾਂ ਰੋਟੀ ਖਾ ਰਹੇ ਹਾਂ ਬਾਕੀ ਰੋਟੀ ਖਾ ਕੇ ਕਰਦੇ ਹਾਂ ਤੁਹਾਡੇ ਨਾਲ ਅੱਗੇ ਵੀ ਕੋਈ ਕਾਰਵਾਈ ਹੈ ਕਹਿਣਾ ਦਿੱਤੇ ਗੱਲਬਾਤ ਚੱਕੋ ਬਣਾਉਂਦਾ ਲੈ ਮੇਰੀ ਜਾਨ ਅੱਜ ਤਾਂ ਬਲੌਗ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਅਤੇ ਆਪਣਾ ਬਲੌਗ ਜੇ ਵਧੀਆ ਲੱਗਦਾ ਕਮੈਂਟ ਸ਼ੇਅਰ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੇਰਾ ਭਰਾ ਅਤੇ ਚਲੋ ਵੀ ਰਾਤ ਕਾਫੀ ਹੋ ਗਈ ਆ ਓਕੇ ਸਾਨੂੰ ਗੁੱਡ ਨਾਈਟ ਰੱਬ ਰਾਖਾ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ